ਇੱਧਰ ਭਾਈ ਸਾਹਿਬ ਹਰਪ੍ਰੀਤ ਤਿਆਰ ਬੜ ਤਿਆਰ ਹੈ ਜਾਣ ਵਾਸਤੇ, ਤੂੰ ਸਾਨੂੰ ਤਾਂ ਦਿੰਦੀ ਨੀ ਇਹ, ਸਾਨੂੰ ਤੂੰ ਬਾਸੀਆਂ ਰੋਟੀਆਂ ਖਲਾਈ ਜਾਂਦੀ ਹੈ। ਬੇਲਪੁਰੀ ਖਾਣੀ ਹਰਪ੍ਰੀਤ? ਉੱਪਰ ਕਬੂਤਰ ਬੈਠੇ ਆ ਮੇਰੇ ਖਿਆਲ ਤੋਂ, ਗ੍ਰੀਨ ਚਟਨੀ ਗਿਰਜਣੀ ਉੱਪਰ ਤੋਂ ਹਰਪ੍ਰੀਤ। ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ? ਅੱਜ ਚੱਲੇ ਹਾਂ ਅਸੀਂ ਬਾਹਰ, ਬਟ ਮੈਂ ਤਿਆਰ ਹਾਂ ਐਨ। ਆ ਦੇਖੋ ਜੀ, ਆ ਦੇਖੋ, ਬਸ ਮੈਂ 2 ਮਿੰਟ ਲਾਣੇ, ਮੈਂ ਫ੍ਰੀ ਹੋਣੇ ਵਾਲੀ ਹਾਂ। ਮੈਂ ਆਪਣਾ ਕੰਮ ਛੱਡ ਕੇ ਤਿਆਰ ਹੋਈ ਹਾਂ ਜਾਣ ਵਾਸਤੇ, ਨਹੀਂ ਮੈਂ ਅੱਜ ਕੱਪੜੇ ਧੋਣੇ ਤੇ, ਮੇਰੇ ਕੱਪੜੇ ਧੋਣ ਨੂੰ ਪਈ ਹਾਂ। ਸਰਦੀਆਂ ਦੇ ਕੱਪੜੇ ਰੱਖਣੇ ਆ ਤੇ ਗਰਮੀਆਂ ਦੇ ਕੱਢਣੇ ਆ। ਆ ਜੀ ਮੇਰਾ ਬ੍ਰੇਕਫਾਸਟ ਜੋ ਮੈਂ ਖਾਣ ਲੱਗੀ ਹਾਂ, ਕਿਉਂਕਿ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੰਨਾ ਟਾਈਮ ਲਾ ਦੇਣਾ, ਮੈਨੂੰ ਲੱਗੀ ਹੋਈ ਹੈ ਭੁੱਖ। ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਮੰਮੀ ਦੇਖ ਰਹੀ ਹੈ ਮੈਨੂੰ ਬੈਠੀ ਵਲੌਗ ਬਣਾ ਰਿਹਾ। ਇੱਧਰ ਭਾਈ ਸਾਹਿਬ ਹਰਪ੍ਰੀਤ ਤਿਆਰ ਬੜ ਤਿਆਰ ਹੈ ਜਾਣ ਵਾਸਤੇ, ਘੁੰਮਣ ਨੂੰ ਹਮੇਸ਼ਾ ਤਿਆਰ ਰਹਿੰਦੀ ਹੈ, ਅਤੇ ਆਪਣਾ ਮੀਲ ਦੇਖ ਲਓ ਜੀ ਇਹਦਾ, ਹਾਈ ਫਾਈ ਮੀਲ। ਤੂੰ ਸਾਨੂੰ ਤਾਂ ਦਿੰਦੀ ਨਹੀਂ ਇਹ, ਸਾਨੂੰ ਤੂੰ ਬਾਸੀਆਂ ਰੋਟੀਆਂ ਖਲਾਈ ਜਾਂਦੀ ਹੈ। ਆ ਬਈ ਦੇਖੋ ਜੀ ਕਿਆ ਕਿਆ ਖਾਂਦੀ ਹੈ, ਦੇਖੋ ਜੀ ਆਹ ਦੇਖੋ ਚੋਚਲੇ ਬਾਜੀਆਂ, ਕਿਆ ਕਿਆ ਇਹ ਦੇਖੋ, ਇਹਦਾ ਕੋਈ ਫਰਕ ਫੁਰਕ ਵੀ ਪੈਂਦਾ ਕਿ ਹੈਂ? ਇਹਦਾ ਕੋਈ ਫਰਕ ਫੁਰਕ ਵੀ ਪੈਂਦਾ ਕਿ ਉਹੀ ਬਸ? ਪਤਾ ਨਹੀਂ, ਬਲੱਡ ਤਾਂ ਘੱਟ ਆਇਆ, ਖੂਨ ਤੇਰੇ 'ਚ ਨਹੀਂ ਹੈਗਾ, ਹੈਂ? ਜਾਨ ਤੇਰੇ 'ਚ ਨਹੀਂ ਹੈ, ਖਾਓ ਸਾਡੇ ਤੋਂ ਜ਼ਿਆਦਾ। ਹਾਂ ਸਾਰੇ। ਅੱਜ ਮੈਂ ਆਪਣਾ ਲੈਪਟੋਪ ਸੇਲ ਕਰਨਾ ਹੈ, ਆਪਾਂ ਉਹ ਸੇਲ ਕਰਨ ਚੱਲੇ ਹਾਂ ਜੀ। ਮੈਂ ਨਵਾਂ ਲੈਪਟੋਪ ਵੀ ਲੈਣਾ ਹੈ, ਮਾਰਕੀਟ 'ਚ ਜਾਊਂਗੀ ਉਹ ਵੀ ਨਵਾਂ ਲੈਪਟੋਪ ਲੈ ਕੇ ਆਊਂਗੀ। ਇਹ ਰਿਹਾ ਲੈਪਟੋਪ ਜਿਹੜਾ ਅਸੀਂ ਵੇਚਣਾ ਹੈ, ਅੱਜ ਮੈਂ ਸੇਲ ਕਰ ਦੇਣਾ ਆਪਣਾ ਲੈਪਟੋਪ, ਮੈਂ ਪਹਿਲੀ ਕਮਾਈ 'ਚੋਂ ਲਿਆ ਸੀਗਾ ਇਹ ਆਪਣਾ, ਠੀਕ ਹੈ ਜੀ। ਆਪਾਂ ਪੈਕ ਕਰ ਲਿਆ ਸਾਰਾ ਲੈਪਟੋਪ। ਸੋ ਅਸੀਂ ਹੁਣ ਜਾਣ ਲੱਗੇ ਹਾਂ ਜੀ, ਗੱਡੀ 'ਚ ਬੈਠ ਗਏ ਹਾਂ, ਪਰ ਗਰਮੀ ਬਹੁਤ ਜ਼ਿਆਦਾ ਹੈ ਬਾਹਰ, ਗੱਡੀ ਗਰਮ ਹੋਈ ਪਈ ਹੈ ਬਿਲਕੁਲ। ਹਲੇ ਗਰਮੀ ਚੰਗੀ ਤਰ੍ਹਾਂ ਆਈ ਵੀ ਨਹੀਂ ਹੈਗੀ, ਔਰ ਇੰਨੀ ਗੱਡੀ ਗਰਮ ਪਈ ਹੈ ਨਾ ਬਹੁਤ ਜ਼ਿਆਦਾ। ਅਸੀਂ ਪਹੁੰਚ ਗਏ ਹਾਂ ਜੀ 17 ਸੈਕਟਰ 'ਚ, ਉਰੇ ਆਇਆ ਹੋਇਆ ਉਹ ਲੜਕਾ ਜਿਹਨੂੰ ਅਸੀਂ ਲੈਪਟੋਪ ਵੇਚਣਾ ਹੈ, ਠੀਕ ਹੈ ਜੀ, ਉਹਨੂੰ ਮਿਲਦੇ ਹਾਂ ਜਾ ਕੇ। 17 ਸੈਕਟਰ 'ਚ ਬੁਲਾਇਆ ਹੋਇਆ ਹੈ ਮੈਂ। ਸੋ ਜੀ ਅਸੀਂ ਆਪਣਾ ਲੈਪਟੋਪ ਜਿਹੜਾ ਸੇਲ ਕਰਤਾ, ਭਾਈ ਸਾਹਿਬ ਪਿੱਛੇ ਬੈਠੇ ਆ, ਅਸੀਂ ਹੁਣ ਇਹਨਾਂ ਨੂੰ ਜ਼ੀਰਕਪੁਰ ਡਰੋਪ ਕਰਨਾ ਹੈ, ਠੀਕ ਹੈ ਜੀ। ਅਤੇ ਹੁਣ ਆਪਾਂ ਜ਼ੀਰਕਪੁਰ ਚੱਲੇ ਹਾਂ, ਉੱਥੇ ਸਾਡੀ ਮੀਟਿੰਗ ਹੈ ਇੱਕ, ਹਰਪ੍ਰੀਤ ਨੂੰ ਅਸੀਂ ਘੁੰਮਾਉਣ ਫਿਰਾਉਣ ਲੈ ਕੇ ਆਏ ਹੋਏ ਹਾਂ, ਗੱਡੀ 'ਚ ਘੁੰਮਣ ਆਈਆਂ, ਮੇਰਾ ਕੋਈ ਕੰਮ ਨਹੀਂ ਹੈਗਾ, ਵੈਸੇ ਹੀ ਆਈ ਹੋਈ ਹਾਂ। ਫਾਈਨਲੀ ਜੀ ਅਸੀਂ ਪਹੁੰਚ ਗਏ ਹਾਂ ਆਪਣੀ ਡੈਸਟੀਨੇਸ਼ਨ ਤੇ, ਜ਼ੀਰਕਪੁਰ ਆਏ ਹੋਏ ਹਾਂ, ਉਰੇ ਮੀਟਿੰਗ ਅਟੈਂਡ ਕਰਨੀ ਆ। ਏ ਫਿਊ ਮਿੰਟਸ ਲੇਟਰ,
ਸੋ ਮੇਰੀ ਮੀਟਿੰਗ ਫਾਈਨਲੀ ਕੰਪਲੀਟ ਹੋ ਗਈ ਹੈ ਜੀ। ਤੇ ਹਰਪ੍ਰੀਤ ਕਾਫੀ ਦੇਰ ਤੋਂ ਵੇਟ ਕਰ ਰਹੀ ਸੀਗੀ ਮੇਰਾ ਬੈਠੀ ਗੱਡੀ 'ਚ, ਬੋਰ ਤਾਂ ਨਹੀਂ ਹੋਈ? ਮੈਂ ਵੈਬ ਸੀਰੀਜ਼ ਦੇਖਣ ਲੱਗ ਗਈ। ਅੱਛਾ ਠੀਕ ਹੈ। ਹੁਣ ਫਿਲਹਾਲ ਅਸੀਂ ਸੈਕਟਰ ਬੀ 'ਚ ਜਾਊਂਗੇ, ਉੱਥੋਂ ਆਪਾਂ ਨਵਾਂ ਲੈਪਟੋਪ ਪਰਚੇਜ਼ ਕਰਨਾ ਹੈ। ਠੀਕ ਹੈ ਹਰਪ੍ਰੀਤ। ਗਰਮੀ ਸ਼ੁਰੂ ਵੀ ਨਹੀਂ ਹੋਈ ਹੈ ਦੇਖ ਲੋ, ਹੈ ਨਾ, ਸ਼ੁਰੂ ਵੀ ਨਹੀਂ ਹੋਈ ਹਲੇ ਗਰਮੀ, ਇੰਨੀ ਜ਼ਿਆਦਾ ਗਰਮੀ ਹੈ ਨਾ ਬਾਹਰ। ਮੈਂ ਨਾ ਏਸੀ ਡਬਲ ਕਰਿਆ ਹੋਇਆ 2 ਨੰਬਰ ਦੇ, ਇਹ ਮੈਨੂੰ ਕਹੀ ਜਾ ਰਿਹਾ ਤੂੰ ਖਿੜਕੀ ਖੋਲ ਲਾ, ਕਹਿੰਦਾ ਏਸੀ ਖਰਾਬ ਕਰੂੰਗਾ। ਐਟ ਖਰਾਬ ਗਾਣੋ ਕਰਦੇ ਨੇ, ਤੇਲ ਜ਼ਿਆਦਾ ਫੁੱਕਣਾ ਇਹਨੇ। ਵਲੌਗ ਚ ਨਹੀਂ ਦੱਸੇ ਕਰਦੇ, ਵਲੌਗ ਚ ਗੱਲ ਕਮਾਗੇ ਕਹੇ ਕਰਦੇ, ਵੀਡੀਓ ਬਣਾ ਰਹੀ ਤਾਂ ਕਰਕੇ ਸੋਸ਼ੇ ਬਾਜੀ ਮਾਰ। ਕੋਟੀਆਂ ਜ਼ਿਆਦਾ ਗਰਮੀ ਲੱਗਣ ਲੱਗੀ ਹੋਈ ਆ। ਮੈਂ ਹੈਰਾਨ ਹੈ ਵੀ ਇਹੋ ਜਿਹੀ ਗਰਮੀ ਚ ਵੀ ਲੋਕਾਂ ਨੇ ਸਵੈਟਰ ਪਾਏ ਹੋਏ ਆ। ਅੱਜ ਹਰਪ੍ਰੀਤ ਫਾਰਮ ਚ ਹੈਗੀ, ਵਲੌਗਿੰਗ ਕਰਨ ਦੇ ਪੂਰੇ ਮੂਡ ਚ ਆਇਆ ਮੈਂ। ਅੱਜ ਇਹਨੂੰ ਗੱਲਾਂ ਬਹੁਤ ਖੁਰਨ ਲੱਗੀਆਂ ਵੀ ਆ, ਅੱਗੇ ਤਾਂ ਨਹੀਂ ਤਾਂ ਇਹ ਸੁਸਤ ਜੀ ਬੈਠੀ ਰਹਿੰਦੀ ਹੈ। ਇਹ ਮੇਰੇ ਗੁਰੂ ਆ ਬਈ, ਅਸੀਂ ਚੇਲੇ ਆ, ਸਿੱਖ ਰਹੇ ਆ। ਅੱਗੇ ਅੱਗੇ ਤੁਸੀਂ ਦੱਸਿਓ ਵੀ ਇੰਪਰੂਵਮੈਂਟ ਹੋ ਰਹੀ ਹੈ ਮੇਰੇ ਚ ਕਿ ਨਹੀਂ ਹੋ ਰਹੀ ਹੈ। ਇਹ ਕਹਿੰਦੇ ਵੀ ਚੰਡੀਗੜ੍ਹ ਦਾ ਸਾਨੂੰ ਸੂਟ ਬਹੁਤ ਹੈ, ਕਿਉਂਕਿ ਜਿਹੜੇ ਵੀ ਜਿਵੇਂ ਆ ਬੋਰਡ ਲੱਗਿਆ ਹੋਇਆ ਸਾਨੂੰ ਇਹ ਤੋਂ ਪਤਾ ਚੱਲ ਜਾਂਦਾ ਵੀ ਅਸੀਂ ਕਿਹੜੀ ਡਾਇਰੈਕਸ਼ਨ ਚ ਜਾਣਾ, ਅਸੀਂ ਇੱਥੇ ਖੋਊਂਗੇ ਨੀ ਕਦੇ। ਯਾਰ ਫੇਰ ਏਸੀ ਬੰਦ ਕਰਤਾ ਤੁਸੀਂ ਯਾਰ, ਹੁਣ ਟਾਕੀਆਂ ਖੋਲ ਲੈ ਯਾਰ। ਅਸੀਂ ਪਹੁੰਚ ਗਏ ਜੀ ਕੰਪਿਊਟਰ ਮਾਰਕੀਟ, ਹੁਣ ਅਸੀਂ ਇੱਥੋਂ ਨਵਾਂ ਲੈਪਟੋਪ ਲਵਾਂਗੇ, ਕਿਉਂਕਿ ਇੱਕ ਡਿਜ਼ਾਈਨਰ ਨੂੰ ਲੈਪਟੋਪ ਦੀ ਨੀਡ ਤਾਂ ਹੁੰਦੀ ਹੈ। ਹੈ ਜੀ ਡਿਜ਼ਾਈਨਰ ਸਾਹਿਬ, ਗ੍ਰਾਫਿਕ ਡਿਜ਼ਾਈਨਰ ਸਾਹਿਬ। ਅਰੇ ਜੂਸ ਵਾਲਾ ਖੜਿਆ, ਜੂਸ ਪੀ ਲਾ। ਓ ਮੇਰਾ ਕੰਮ ਬਣ ਗਿਆ, ਹੁਣ ਇੱਥੇ ਮੈਂ ਜੂਸ ਪੀਨੀ ਆ ਤੇ ਲੈਪਟੋਪ ਦੇਖਦੇ ਆ ਨਵਾਂ। ਇਹ ਆ ਜੀ ਕੰਪਿਊਟਰ ਮਾਰਕੀਟ ਸੈਕਟਰ 20 ਦੀ, ਤੇ ਪੁਰਾਣਾ ਲੈਪਟੋਪ ਵੀ ਆਪਾਂ ਉਹਦੇ ਤੋਂ ਲੈ ਕੇ ਗਏ ਸੀਗੇ ਜਿਹੜਾ ਅੱਜ ਵਿੱਚ ਹੈ ਨਾ, ਦੇਖੋ ਇਹ ਸਰ ਮੌਲ। ਤੇ ਹੁਣ ਹਰਪ੍ਰੀਤ ਜੂਸ ਪੀਣ ਲੱਗੀ ਆ। ਲਓ ਜੀ ਜੂਸ ਆਪਣਾ ਆ ਗਿਆ, ਚੇਅਰਸ। ਅਰੇ ਕੁਕੀ ਸੀ ਕੋਲ ਹੈ ਤਾਂ ਸਾਰੇ ਹਿਮਾਚਲ ਦੇ ਲੱਗੇ ਹੋਏ। ਆਪਣੀ ਬੇਲਪੁਰੀ ਵੀ ਤਿਆਰ ਆ ਜੀ, ਆ ਵੀ ਖਾਣ ਲੱਗੇ ਹੁਣ ਆਪਾਂ। ਬੇਲਪੁਰੀ ਖਾਣੀ ਆ ਹਰਪ੍ਰੀਤ? ਉੱਪਰ ਕਬੂਤਰ ਬੈਠੇ ਆ ਮੇਰੇ ਖਿਆਲ ਤੋਂ, ਗ੍ਰੀਨ ਚਟਨੀ ਗਿਰਜਣੀ ਆ ਉੱਪਰ ਤੋਂ ਹਰਪ੍ਰੀਤ। ਮਯੋਨੀਜ਼ ਵਾਈਟ। ਸੋ ਜੀ ਬੇਲ ਪਾਪੜੀ ਚਾਟ ਅਸੀਂ ਖਾ ਲਈ, ਬੜੀ ਸਵਾਦ ਸੀਗੀ। ਮੈਂ ਪਹਿਲੀ ਵਾਰੀ ਆਈ ਜੀ ਬੇਲ ਪਾਪੜੀ ਚਾਟ ਖਾਈ ਆ, ਸਵਾਦ ਲੱਗੀ ਮੈਨੂੰ। ਤੇਰਾ ਕਿਆ ਓਪੀਨੀਅਨ ਹੈ ਹਰਪ੍ਰੀਤ? ਬਹੁਤ ਵਧੀਆ। ਵਧੀਆ ਹੈ ਨਾ, ਫਸਟ ਟਾਈਮ। ਮੈਂ ਇੱਕ ਬਾਈਟ ਲੈਣੀ ਸੀਗੀ, ਅੱਧੀ ਖਾ ਗਈ। ਲਓ ਭਾਈ ਸਾਹਿਬ ਲੈਪਟੋਪ ਅਸੀਂ ਪਰਚੇਸ ਕਰ ਲਿਆ। ਫਸਟ ਓਪਨਿੰਗ ਬਾਏ ਹਰਪ੍ਰੀਤ ਕੌਰ। ਸੋ ਫਾਈਨਲੀ ਜੀ ਅਸੀਂ ਲੈਪਟੋਪ ਲੈ ਕੇ ਆ ਗਏ ਹਾਂ ਬਾਹਰ, ਸ਼ਾਮ ਦੇ 5:30 ਵਜ ਗਏ ਆ, ਅਤੇ ਹੁਣ ਆਪਾਂ ਘਰ ਚੱਲੇ ਹਾਂ ਸਿੱਧਾ। ਅਸੀਂ ਲੇਟ ਬਹੁਤ ਹੋ, ਲੇਟ ਬਹੁਤ ਹੋ ਗਏ, ਘਰ ਜਾ ਕੇ ਕੰਮ ਵੀ ਕਰਨਾ ਹੈ। ਇਹ ਆ ਗਿਆ ਜੀ ਆਪਣਾ ਲੈਪਟੋਪ, ਇਹ ਆ ਗਿਆ ਲੈਪਟੋਪ ਬੈਗ। ਲਓ ਭਾਈ ਹੁਣ ਅਸੀਂ ਲੈ ਲਿਆ ਲੈਪਟੋਪ, ਅਤੇ ਡਿਜ਼ਾਈਨਰ ਜੀ ਬੜੇ ਖੁਸ਼ ਹੈ, ਮੇਰੀ ਕੱਲ੍ਹ ਦੀ ਅੱਖ ਬਹੁਤ ਫੜ ਰਹੀ ਹੈ ਯਾਰ। ਡਿਜ਼ਾਈਨਰਾਂ ਨੂੰ ਨਾ ਅਪਡੇਟ ਕਰਨ ਵਾਸਤੇ ਨਾ
ਹਰੇਕ ਸਾਲ ਆਪਣਾ ਜਿਹੜਾ ਵੀ ਪ੍ਰੋਡਕਟ ਹੈ ਇਹਨਾਂ ਨੂੰ ਅਪਡੇਟ ਕਰਨਾ ਪੈਂਦਾ ਟੂਲ ਤਾਂ ਕੰਮ ਹੁੰਦਾ ਹੈ ਤਾਂ ਸੈਲਰੀ ਆਉਂਦੀ ਆ ਤਾਂ ਸਾਡੇ ਵਰਗਿਆਂ ਨੂੰ ਮਿਲਦਾ ਆ ਸੂਟ ਮੇਰੀ ਗੱਲ ਵੈਸੇ ਬੜੀ ਘੁਮਾ ਘੁਮੂ ਕੇ ਕਹਿੰਦੀ ਸਮਝ ਲੱਗ ਗਈ ਤੁਹਾਨੂੰ ਸਮਝ ਲਈ ਕਰੋ ਮੇਰੇ ਕਹਿਣ ਦਾ ਤਰੀਕਾ ਇਹ ਹੁੰਦਾ ਚਲੋ ਜੀ ਚੱਲਦੇ ਹਾਂ ਹੁਣ ਘਰੇ ਬੱਚਿਆਂ ਨੂੰ ਦੇਖਦੇ ਹਾਂ ਇੰਸਟਾਲ ਕਰ ਰਹੇ ਸਾਰੇ ਸੈਟਅਪ ਕਰ ਰਹੇ ਹਾਂ ਸੋ ਜੀ ਫਿਲਹਾਲ ਕਰਨ ਲੱਗੇ ਆਪਾਂ ਡਿਨਰ ਦਹੀਂ ਤੇ ਨਾਲ ਮਟਰ ਰਾਈਸ ਵਿੱਚ ਆਲੂ ਵੀ ਹੈ ਓਏ ਭੁੱਖ ਲੱਗੀ ਹੋਈ ਹੈ ਬਹੁਤ ਜ਼ਿਆਦਾ ਰਾਈਸ ਬਹੁਤ ਸਵਾਦ ਬਣੇ ਹੋਏ ਆ ਮਜ਼ਾ ਆ ਗਿਆ ਹਰ ਭੁੱਖ ਵੀ ਬਹੁਤ ਲੱਗੀ ਹੋਈ ਸੀਗੀ ਦੁਪਹਿਰੇ ਰੋਟੀ ਨਹੀਂ ਖਾਈ ਅਸੀਂ ਤੁਸੀਂ ਗੱਲਾਂ ਮਾਰਦੇ ਸੀ ਮੰਮਾ ਨਾਲ ਚਾਚੀ ਦੇ ਸਕੂਲ 'ਚ ਕੱਲ੍ਹ ਹੋਲੀ ਖੇਡਣੀ ਹੈ ਚਾਚੀ ਚਾਚੀ ਕਿਹੜੀ ਡਰੈਸ ਪਾਊਂਗਾ ਪੈਂਟ ਪਾਊਂਗਾ ਕਿਹੜੀ ਪੈਂਟ ਸੋ ਜੀ ਫਾਈਨਲੀ ਅਸੀਂ ਹੋ ਗਏ ਹਾਂ ਫ੍ਰੀ ਕੰਮ ਵੀ ਕਰ ਲਿਆ ਮੈਂ ਆ ਕੇ ਲੈਪਟੋਪ ਦੀ ਸੈਟਿੰਗ ਵਗੈਰਾ ਸਾਰੀ ਕਰ ਲਈ ਅਤੇ ਅੱਜ ਆਪਾਂ ਹਰਪ੍ਰੀਤ ਨੂੰ ਘੁੰਮਾ ਕੇ ਲੈ ਕੇ ਆਏ ਹਾਂ ਜ਼ੀਰਕਪੁਰ ਠੀਕ ਹੈ ਫ੍ਰੀ ਫੰਡ ਦੀ ਜ਼ੀਰਕਪੁਰ ਘੁੰਮ ਕੇ ਆਈ ਹੈ ਇਹਨੇ ਕੁਛ ਨਹੀਂ ਕਰਿਆ ਹੋਰ ਸਮਾਪਤੀ ਉਮੀਦ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਹਾਂ ਜਲਦੀ ਨਵੇਂ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਰੱਬ ਰੱਖਾ